ਸਾਰੇ ਨੂੰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਨਾਮ ਕਿਵੇਂ ਬੁਲਤੀ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਮਹਾਨ ਸ਼ਖਸੀਅਤ ਚੁੰਬਰੀ ਸ਼ਖਸੀਅਤ ਜਿਹਦੀ ਕਿ ਚੁੰਬਰੀ ਸ਼ਕਤੀ ਹੈ ਉਹਦਾ ਇੱਕ ਸੁਰਤਾਰਾ ਬੈਠਣ ਵਸੀ ਬਣਾ ਰਹੇ ਅਰਪੀਤ ਜੀ ਦੂਸਰੇ ਵੀਰ ਜੀ ਨੇ ਕੋਈ ਪੁੱਛੋ ਮੈਨੂੰ ਜਾਣਦੇ ਸੀ ਇਹ ਮੈਨੂੰ ਪਹਿਚਾਣਦੇ ਸੀ ਮੈਂ ਇੱਕ ਬੇਨਤੀ ਕੀਤੀ ਜਾਨੀ ਦਿਲ ਸਿੰਘ ਦੀ ਆਸੀ ਇੱਕ ਸੌ ਸਤਾਰਾਂ ਦਰਸ਼ਨ ਵਸੀ ਬਣਾਈ ਕਹਿੰਦੇ ਹਾਜ਼ਰ ਇੰਨਾ ਖਰਚ ਕਰਨਾ ਇੰਨਾ ਪ੍ਰਬੰਧ ਕਰਨਾ ਵਾਧੂ ਲਾਉਣੇ ਇਹ ਕਰਨੇ ਉਹ ਕਰਨੇ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਗਿਆਨੀ ਦਿਲ ਸਿੰਘ ਦੀ ਚੁੰਬਕ ਸ਼ਕਤੀ ਹੈ 2001 ਵਿੱਚ ਮੇਰੇ ਸਾਹਮਣੇ ਸਰਦਾਰ ਕਿਰਪਾਲ ਸਿੰਘ ਜੀ ਸਰਦਾਰ ਨਸੀਬ ਸਿੰਘ ਜੀ ਸੇਵਕ ਜਿਨ੍ਹਾਂ ਨੇ ਇਸ ਚੁੰਬਕ ਸ਼ਕਤੀ ਨੂੰ ਉਜਾਗਰ ਕੀਤਾ ਹਾਲੇ ਉਜਾਗਰ ਹੀ ਨਹੀਂ ਕੀਤਾ ਸਾਰੀ ਦੁਨੀਆਂ ਨੂੰ ਦੱਸ ਦਿੱਤਾ ਵੀ ਇਹ ਚੁੰਬਕ ਸ਼ਕਤੀ ਹੈ ਕੀ ਉਹਨਾਂ ਦਿਨਾਂ ਦੇ ਵਿੱਚ 15 ਲੱਖ ਪੇਜ ਆਰਟੀਕਲ ਛਪੇ 15 ਲੱਖ ਪੇਜ ਸਾਡੇ ਕੋਲ ਰਿਕਾਰਡ ਹੈ ਜੇ ਕਿਸੇ ਨੇ ਦੇਖਣਾ ਇਹ ਸਾਡੀ ਗਿਆਨੀ ਦੇ ਸੁੱਟੀ ਚੁੰਬਕ ਸ਼ਕਤੀ ਦੋ ਬੰਦਿਆਂ ਨੇ PhD ਕਰ ਲਈ 40 ਤੋਂ ਉੱਪਰ ਕਿਤਾਬਾਂ ਛਪ ਗਈਆਂ ਗਿਆਨੀ ਦਿਲ ਸਿੰਘ ਦੇ ਨਾਂ ਤੇ ਕਈ ਯਾਦਗਾਰਾਂ ਬਣ ਗਈਆਂ ਗਿਆਨੀ ਦਿਲ ਸਿੰਘ ਦੇ ਪਿੰਡ ਦਾ ਨਾਂ ਨਾਨਪੁਰ ਕੋਲ ਸੀ ਉੱਥੇ ਜਿਹੜਾ ਸਕੂਲ ਹੈ ਉਹਦਾ ਨਾਂ ਗਿਆਨੀ ਦਿਲ ਸਿੰਘ ਰੱਖਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਮਹਿੰਗਾ ਆਡੀਟੋਰੀਅਮ ਕਰੋੜਾਂ ਰੁਪਏ ਦਾ ਬਣਿਆ ਆ ਉਹਦਾ ਨਾਂ ਗਿਆਨੀ ਦਿਲ ਸਿੰਘ ਨਾਲ ਦਿੱਤਾ ਗਿਆ ਸਾਡਾ ਗੁਰਦੁਆਰਾ ਸਰਾਭਾ ਨਗਰ ਇੱਦਾਂ ਗਿਆਨੀ ਦਿਲ ਸਿੰਘ ਮੈਂ ਥੋੜ੍ਹਾ ਜਿਹਾ ਪਹਿਲਾਂ ਵੀ ਪ੍ਰਧਾਨ ਸੀ ਅੱਜ ਕੱਲ੍ਹ ਥੋੜ੍ਹਾ ਜਿਹਾ ਮੈਂ ਸਿਕਲੀ ਕਰਨ ਜਾ ਰਹੇ ਹਾਂ ਉਹ ਵੀ ਗਿਆਨੀ ਦਿਲ ਸਿੰਘ ਦਾ ਆਸ਼ਾ ਸੀ ਗਿਆਨੀ ਦਿਲ ਸਿੰਘ ਜੀ ਇੱਕ ਥਾਂ ਤੇ ਲਿਖਦੇ ਆ ਉਹਨਾਂ ਦੀ ਆਪਣੀ ਲਿਖਤ ਹੈ ਇਹ ਸਿਕਲੀ ਕਰਨ ਜਾ ਰਹੇ ਸਿੱਖ ਕੌਮ ਦਾ ਅੰਗ ਹੈ ਇਹਨਾਂ ਨੇ ਆਪਣੀ ਸ਼ਕਤੀ ਸੰਭਾਲੀ ਹੋਈ ਹੈ ਇਹਨਾਂ ਦੀ ਸਾਨੂੰ ਸਾਰ ਲੈਣੀ ਚਾਹੀਦੀ ਹੈ ਜੇ ਅਸੀਂ ਉਹਨਾਂ ਨੂੰ ਪੜ੍ਹ ਕੇ ਛੱਡਦੇ ਨੇ ਤਾਂ ਗੱਲ ਬਣਦੀ ਨਹੀਂ ਇਹ ਉਹਨਾਂ ਦੀ ਸ਼ਖਸੀਅਤ ਸੀ ਜਿਸ ਨੇ ਸਾਨੂੰ ਮੈਨੂੰ ਇਸ ਪਾਸੇ ਪ੍ਰੇਰਿਆ ਵੀ ਗਿਆਨੀ ਦਿਲ ਸਿੰਘ ਜੀ ਕਹਿੰਦੇ ਇਹਨਾਂ ਦੀ ਗਿਣਤੀ ਕਰੋੜਾਂ ਵਿੱਚ ਹੈ ਮੇਰੇ ਵੀਰੋ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਇਹ ਕਰੋੜਾਂ ਵੀਰ ਤੁਹਾਡੇ ਨਾਲ ਜੋ ਗਿਆਨ ਤੇ ਤੁਹਾਡੀ ਇਹ ਜੰਮਾ ਚੁੰਬਕ ਸ਼ਕਤੀ ਭਾਖੜਾ ਡੈਮ ਤੋਂ ਵੱਧ ਸ਼ਕਤੀ ਹੈ ਗਿਆਨੀ ਦਿਲ ਸਿੰਘ ਜੀ ਨੇ ਕਮਾਲ ਕੀਤੀ ਕੁਮਾਰਾਂ ਤੋਂ ਕਮਾਲ ਕੀਤੀ ਉਹਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਉਹਨਾਂ ਨੇ ਕਵਿਤਾ ਲਿਖੀ ਮੈਂ ਛੋਟੀ ਜੀ ਬੋਲਾਂਗਾ ਜਾਤ ਪਾਤ ਦਾ ਖੰਡਨ ਕਰਦੇ ਲਿਖਦੇ ਹਨ ਕੌਣ ਸਿੱਖ ਹੁੰਦੇ ਹੋ ਭਾਈ ਮੈਂ ਹਾਂ ਰੋੜਾ ਇਹ ਹੈ ਰਾਈ ਤੇਰੀ ਸਿੰਘਾ ਕੀ ਹੈ ਜਾਤ ਨਾਮੀ ਸਾਖੀ ਬਾਪਰਾ ਤੇਰਾ ਦੂਜਾ ਕੌਣ ਹੈ ਪਿਆਰੇ ਅਸੀਂ ਸਿੰਘਾਂ ਚੱਕ ਕਰਾਲੇ ਤੇਰਾ ਜਨਮ ਕਿਸ ਨੇ ਕਰਦਾ ਮੈਂ ਹਾਂ ਮਹਿਰਾ ਪਾਣੀ ਭਰਦਾ ਤਾਂ ਨਾ ਦੱਸਿਆ ਆਪਣਾ ਹਾਲ ਆਲੂ ਵਾਲੀਏ ਅਸੀਂ ਕਰਾ ਤਾਂ ਵੀ ਆਪਣੀ ਬਹੁਤ ਪਖਾਣ ਕਾਰੀਗਰਾਂ ਅਸੀਂ ਤਖਾਣ ਤੁਸੀਂ ਕਿਸ ਘਰ ਦਾ ਵਾਸਾ ਕੀਤਾ ਪਰ ਹੁਣ ਜਨਮ ਗਲਤ ਦਾ ਸੀਗਾ ਕੀ ਕੁਝ ਕਰੇ ਤੇਰੇ ਘਰ ਦਾ ਹੈ ਖੱਤਰੀ ਹੱਟੀ ਕਰਦਾ ਤਾਂ ਕੋਈ ਚੁੱਪ ਪਲੀ ਆ ਚਾਦੀ
ਜਾਤੀ ਸੈਣੀ ਆਪਾਂ ਲਿਖਤੀ ਤਾਂ ਕਿ ਕਹੋ ਆਪਣਾ ਅਲਸੇਟਾ ਮਹਿਰਾਂ ਬੇਟਾ ਗੁਰੂ ਦਾ ਬੇਟਾ ਲੰਮੀ ਕਵਿਤਾ ਹੈ। ਜਾਤ ਪਾਤ ਦਾ ਉਹਨਾਂ ਨੇ ਖੰਡਨ ਕੀਤਾ। ਅਸੀਂ ਅੱਜ ਗਿਆਨੀ ਕ੍ਰਿਸ਼ਨ ਨੂੰ ਲਗਾਤਾਰ ਮਨਾ ਰਹੇ ਹਾਂ। ਇਹ ਚੁੰਬਕ ਨੂੰ ਥਾਂ ਥਾਂ ਤੇ ਲਿਜਾਣਾ ਹੀ ਸਿੱਖਾਂ ਦੀ ਜੋ ਹੈ ਬਹਾਦਰੀ ਹੋਏਗੀ। ਜੋ ਗਿਆਨੀ ਕ੍ਰਿਸ਼ਨ ਨੂੰ ਮੰਨਦੇ ਉਹ ਬਹਾਦਰੀ ਹੋਏਗੀ। ਅੱਜ ਅਸੀਂ ਇੱਕ ਕਹਾਣੀ ਹੈ, ਇੱਕ ਲਾਈਨ ਹੈ, ਇੱਕ ਇੱਕ ਤੇ ਦੋ ਗਿਆਰਾਂ ਤਿੰਨ ਸੈਂਕੜੇ ਚਾਰ ਹਜ਼ਾਰਾਂ। ਅੱਜ ਇੱਥੇ ਸਾਡੇ ਵਿੱਚ ਨਸੀਬ ਸਿੰਘ ਜੀ ਸਾਹਿਬ ਬੈਠੇ ਹਨ, ਅੰਬੇਦਕਰ ਸਾਹਿਬ ਦੀ ਫਾਊਂਡੇਸ਼ਨ ਹੈ, ਅੰਮ੍ਰਿਤਪਾਲ ਸਿੰਘ ਜੀ ਹੈ, ਰੁਪਿੰਦਰਪਾਲ ਸਿੰਘ ਜੀ ਹੈ, ਪ੍ਰੋਫੈਸਰ ਜਸਵਿੰਦਰ ਸਿੰਘ ਜੀ ਹਨ। ਇਹ ਸਾਰੇ ਤੁਸੀਂ ਇਕੱਠੇ ਹੋ ਜਾਓ, ਇੱਕ ਇੱਕ ਤੇ ਦੋ ਗਿਆਰਾਂ ਤੇ ਤਿੰਨ ਸੈਂਕੜੇ ਤੇ ਚਾਰ ਹਜ਼ਾਰਾਂ। ਗਿਆਨੀ ਦੇਵ ਸਿੰਘ ਦੀ ਚੁੰਬਕ ਸ਼ਕਤੀ ਹੈ। ਜਿਸ 15 ਲੱਖ ਪੇਜੇ ਦਾ ਆਰਟੀਕਲ ਛਪੇ, ਅਸੀਂ ਕੁਛ ਹੀ ਨਹੀਂ ਕੀਤਾ, ਸਿਰਫ ਦੱਸਿਆ ਗਿਆਨੀ ਦੇਵ ਸਿੰਘ ਦੀ ਸਾਰਾ ਡੈਥ ਐਨਵਰਸਰੀ ਹੈ। 15 ਲੱਖ ਪੇਜੇ ਛਪ ਕੇ ਸਾਡਾ ਖਰਚ ਕੀ ਆਇਆ 1500। ਮੇਰੇ ਮਨ ਚ ਇੱਕ ਸਧਰ ਹੈ, ਪਤਾ ਨਹੀਂ ਮੈਂ ਜ਼ਿੰਦਗੀ ਚ ਪੂਰੀ ਕਰਾਂਗਾ ਨਾ ਕਰਾਂ। ਮੈਂ ਇਹਨਾਂ ਵੀਰਾਂ ਕੋਲੋਂ ਅੱਜ ਝੋਲੀ ਅੱਜ ਕੇ ਫਰਿਆਦ ਕਰਦਾ ਹਾਂ, ਉਹ ਮੇਰੀ ਫਰਿਆਦ ਮੇਰੀ ਝੋਲੀ ਪਾਓ। ਹਰੇਕ ਪਿੰਡ ਦੇ ਵਿੱਚ ਗਿਆਨੀ ਦੇਵ ਸਿੰਘ ਦੇ ਨਾਂ ਦੀ ਸੁਸਾਇਟੀ ਹੋਣੀ ਚਾਹੀਦੀ ਹੈ। ਹਰੇਕ ਸ਼ਹਿਰ ਦੇ ਵਿੱਚ ਗਿਆਨੀ ਦੇਵ ਸਿੰਘ ਦੀ ਸੁਸਾਇਟੀ ਹੁੰਦੀ ਹੈ। ਅਸੀਂ ਦੂਸਰੀ ਜਥੇਬੰਦੀਆਂ ਦਾ ਕਹਿੰਦੇ ਹਾਂ, ਗਿਆਨੀ ਦੇਵ ਸਿੰਘ ਦੀ ਚੁੰਬਕ ਸ਼ਕਤੀ, ਜਿਨ੍ਹਾਂ ਨੇ ਬਿਜਲੀ ਪੈਦਾ ਕਰਨੀ ਹੈ, ਉਹ ਦੇਖੋ ਤੁਸੀਂ ਕੀ ਹੁੰਦਾ, ਆਪਾਂ ਕੀ ਕਰਨੀ। ਗਿਆਨੀ ਦੇਵ ਸਿੰਘ ਜੀ ਉਹ ਮਹਾਨ ਹਨ, ਉਹ ਸ਼ਕਤੀ ਹਨ, ਉਹ ਵਿਦਵਾਨ ਹਨ। ਆਪਾਂ ਕਹਿੰਦੇ ਹਾਂ ਵੀ ਆਪਾਂ ਬਦਲਾ ਲਾਂਗੇ, ਜਿਸ ਵਕਤ ਗਿਆਨੀ ਦੇਵ ਸਿੰਘ ਜੀ ਦੇ ਪ੍ਰਸ਼ਾਦ ਨਹੀਂ ਸੀ ਦਿੱਤਾ ਜਾਂਦਾ, ਉੱਤੋਂ ਪ੍ਰਸ਼ਾਦ ਡਿੱਗਦਾ ਸੀ, ਅੱਧਾ ਉਹਨਾਂ ਦੇ ਹੱਥ 'ਚ ਪੈਂਦਾ ਸੀ ਤੇ ਅੱਧਾ ਹੇਠਾਂ ਡਿੱਗ ਪੈਂਦਾ ਸੀ। ਲੋਕਾਂ ਨੇ ਕਿਹਾ ਕਿ ਨਹੀਂ ਜੀ ਤੁਸੀਂ ਕਿਉਂ ਆਉਂਦੇ ਹੋ, ਕਹਿੰਦੇ ਮੈਨੂੰ ਆਪਣਾ ਕੰਮ ਕਰਾਂਗੇ, ਮੈਂ ਆਪਣਾ ਕੰਮ ਕਰਾਂਗਾ। ਅੱਜ ਇਹ ਉਹਨਾਂ ਦਾ ਆਪਣਾ ਕੰਮ ਹੈ ਜੀ, ਅਸੀਂ ਇੱਥੇ ਇਕੱਠੇ ਹੋਏ ਹਾਂ, ਇਹ ਉਹਨਾਂ ਦਾ ਆਪਣਾ ਕੰਮ ਹੈ ਜੇ ਲੱਖਾਂ ਗਿਣਤੀਆਂ ਬਣ ਕੇ ਲਿਖਤਾਂ ਛਾਪੀਆਂ, ਇਹ ਉਹਨਾਂ ਦਾ ਆਪਣਾ ਕੰਮ ਹੈ, ਲੋਕੀ ਪੀਐਚਡੀ ਕਰ ਰਹੇ, ਉਹ ਆਪਣਾ ਕੰਮ ਹੈ। ਗਿਆਨੀ ਦੇਵ ਸਿੰਘ ਜੀ ਜ਼ਿਆਦਾ ਕਰ ਮਾਣੀ, ਕੋਈ ਕਿਸੇ ਨੂੰ ਕਿਹਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਮੈਂ ਜੋ ਭੀਖ ਮੰਗੀ ਹੈ ਤੇ ਤੁਹਾਡੇ ਦਰ ਤੇ ਝੋਲੀ ਗੱਡੀ ਹੈ। ਹਰੇਕ ਪਿੰਡ ਦੇ ਵਿੱਚ ਗਿਆਨੀ ਦੇਵ ਸਿੰਘ ਜੀ ਨਾਂ ਦੀ ਸੁਸਾਇਟੀ ਬਣਾਓ। ਜਿਸ ਉਹਨਾਂ ਦੀ ਸੁਸਾਇਟੀ ਬਣੇਗੀ, ਲੋਕਾਂ ਨੂੰ ਪਤਾ ਲੱਗ ਜਾਏਗਾ ਇਹ ਗਿਆਨੀ ਦੇਵ ਸਿੰਘ ਦੇ ਕੀ ਪ੍ਰਿੰਸੀਪਲ ਹੈ। ਜਿਸ ਵਿੱਚ ਗਿਆਨੀ ਦੇਵ ਸਿੰਘ ਦੇ ਪ੍ਰਿੰਸੀਪਲ ਤੇ ਚੱਲ ਜਾਣਗੇ, ਬਾਕੀ ਸਭ ਕੁਛ ਆਪੇ ਆ ਜਾਏਗਾ। ਕੋਈ ਬੜੇ ਬੜੇ ਵਿਦਵਾਨ ਬੈਠੇ ਆ, ਮੈਂ ਨਸੀਬ ਸਿੰਘ ਜੀ ਦਾ, ਪਾਲ ਸਿੰਘ ਦਾ ਖਾਸ ਤੌਰ ਤੇ ਧੰਨਵਾਦ ਕਰਦਾ, ਜਿਨ੍ਹਾਂ ਨੇ ਗਿਆਨੀ ਦੇਵ ਸਿੰਘ ਦੇ ਨਾਂ ਨੂੰ ਉਜਾਗਰ ਕੀਤਾ ਹੈ। ਭਾਈ ਦੀਪ ਸਿੰਘ ਪੱਤਰਕਾਰ ਜਿਸ ਵਕਤ ਮੇਰੇ ਘਰਾਂ ਦੀ ਹੈ, ਮੈਂ ਸ਼ਰਧਾਵਾਂ ਗਿਆਨੀ ਦੇਵ ਸਿੰਘ ਨੂੰ ਸਿਧਰਵਾਉਂਦਾ ਹਾਂ ਤੇ ਉਹਨਾਂ ਸ਼ਰਧਾਲੂਆਂ ਨੂੰ ਵੀ ਸਿਧਰਵਾਉਂਦਾ ਹਾਂ ਜਿਹੜੇ 2001 ਤੋਂ ਚੱਲੇ, ਉਹਨਾਂ ਦਾ ਸਾਥ ਨਹੀਂ ਛੱਡਿਆ। ਵੀਰੋ ਭਰਾਵੋ ਤੇ ਮੇਰੀ ਭੈਣ ਬੈਠੀ ਹੈ, ਤੁਸੀਂ ਗਿਆਨੀ ਦੇਵ ਸਿੰਘ ਦੀ ਸੋਚ ਤੇ ਪਹਿਰਾ ਦਿਓ। ਇੱਕ ਕਿਲੇ ਦੀ ਕੋਈ ਮੁਕਤ ਨਹੀਂ, ਕਿਲੇ ਇਕੱਠੀ ਹੋ ਜਾਣ ਤੇ ਝਾੜੂ ਬਣ ਜਾਏਗਾ, ਤੁਸੀਂ ਸਾਰਾ ਗੰਦ ਸਾਫ਼ ਕਰ ਲਿਓਗੇ। ਅਸੀਂ ਕੋਈ ਕਿਲਾ ਪਿੱਛੇ ਹੋ ਜਾਂਦਾ,
ਕੋਈ ਐਸਾ ਵਿਦਿਆਰਥੀ ਹੈ ਜੋ ਅਬਲਾ ਨੂੰ ਸਬਲਾ ਕਰੇਗਾ? ਇੱਥੇ ਜੋ ਬੱਚੀਆਂ ਹਨ ਉਹਨਾਂ ਨੂੰ ਵਿਦਿਆ ਨਹੀਂ ਦਿੱਤੀ ਜਾ ਰਹੀ, ਉਹਨਾਂ ਨੂੰ ਨੀਵਾਂ ਦਿਖਾਇਆ ਜਾ ਰਿਹਾ। ਕੋਈ ਹੈ ਜੋ ਅਬਲਾ ਨੂੰ ਸਬਲਾ ਕਰੇਗਾ? ਤਾਂ ਭਾਈ ਧਰਮ ਸਿੰਘ ਜੀ ਜੋ ਸਟੂਡੈਂਟ ਸੀ ਅੱਜ ਜੋ ਕੇ ਖੜੇ ਹੋ ਗਏ, ਤੇ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਨਾ ਸਕੂਲ ਪੜਾਇਆ। ਦੈਟ ਵਾਜ ਦਾ ਫਸਟ ਸਕੂਲ ਇਨ ਪੰਜਾਬ, ਜੈਨ ਪੰਜਾਬ, ਪੰਜਾਬੀ ਜੈਨ ਪੰਜਾਬ, ਸਿੱਖ ਨੇ ਪਾਤਸ਼ਾਹ